ਹਾਏ ਹਾਏ, ਕੋਈ ਨਹੀਂ ਯਾਰ, ਮੈਂ ਵੀ ਤੁਹਾਨੂੰ ਨਾ ਬਹੁਤ ਪਿਆਰ ਕਰਦਾ ਸਾਰਿਆਂ ਨੂੰ। ਮੈਂ ਤਾਂ ਉਹਨਾਂ ਨੂੰ ਵੀ ਕਰਦਾ ਜਿਹੜੇ ਗਲਤ ਕਮੈਂਟ ਪਾਉਂਦੇ ਆ, ਕੋਈ ਉਹ ਵਿਚਾਰੇ ਤਾਂ ਲਾਈ ਲੱਗ ਜਾਏ, ਉਹਨਾਂ ਦੇ ਮਗਰ ਲੱਗੇ ਹੋਏ ਨੇ, ਉਹਨਾਂ ਨੂੰ ਪਤਾ ਹੀ ਨਹੀਂ। ਹੁਣ ਦੇਖੋ, ਮੈਂ ਜਿੰਨੇ ਚੈਨਲਾਂ ਨੂੰ ਜਾਂ ਕੁਛ ਵੀ ਭੇਜਿਆ ਉਹ ਸਾਰੇ ਸਬੂਤ ਨਾਲ ਭੇਜਦਾ ਨਾ। ਹੁਣ ਜਿਹੜੀ ਅੱਜ ਵੀਡੀਓ ਪਾਵਾਂਗੇ, ਮੈਂ 2 ਦਿਨ ਵੀਡੀਓ ਨਹੀਂ ਪਾ ਸਕਿਆ, ਸੋਰੀ, ਮੈਂ ਨਾ ਬਿਜ਼ੀ ਬਹੁਤ ਸੀਗਾ। ਵਧੀਆ ਬਾਈ ਜੀ, ਫੁੱਲ ਸਪੋਰਟ ਆ ਤੁਸੀਂ। ਹੋਰ ਵੀ ਨਵਾਂ ਨਵਾਂ ਸ਼ੇਅਰ ਸੁਣਾਇਆ ਕਰੋ। ਅੱਛਾ, ਠੀਕ ਆ, ਥੈਂਕ ਯੂ ਭਾਅ ਜੀ, ਹੈ ਨਾ। ਅਤੇ ਸਲਾਮ ਫਰੋਮ ਨੋਰਵਲ ਪਾਕਿਸਤਾਨ। ਅੱਛਾ ਪਾਕਿਸਤਾਨ, ਅੱਛਾ ਪਾਕਿਸਤਾਨ ਵਾਲਿਓ, ਤੁਹਾਡੇ ਨਾਲ ਯਾਰ ਇੱਕ ਨਾ, ਮੈਂ ਪਾਕਿਸਤਾਨ ਵਾਲਿਆਂ ਨੇ ਬਹੁਤ ਸਪੋਰਟ ਕੀਤੀ ਸੀ ਨਾ ਆਪਣੇ ਸਿੱਧੂ ਦੀ। ਵਧੀਆ ਗੱਲ ਹੈ, ਇਹ ਬੰਦੇ ਬੜੇ ਖਾਲਸ ਹੁੰਦੇ ਆ ਸਾਡੇ ਨਾਲੋਂ, ਥੋੜ੍ਹਾ ਪਿੱਛੇ ਨੇ ਇਸ ਲਈ ਖਾਲਸ ਨੇ। ਅਸੀਂ ਨਾ ਪੈਸਾ ਕਮਾ ਲਿਆ, ਅਸੀਂ ਬੇਵਕੂਫ ਬਣ ਗਏ ਵੈਸੇ, ਹੈ ਨਾ। ਅਤੇ ਇੱਕ ਸ਼ੇਅਰ ਸੁਣਾਉਣਾ ਤੁਹਾਨੂੰ, ਇੱਕ ਖਾਸੀਅਤ ਦੇਖੋ ਮੇਰੇ ਸ਼ੇਅਰਾਂ ਦੀ, ਕੁਦਰਤ ਦੀ ਮਿਹਰ ਹੈ, ਮੈਂ ਮੇਰੀ ਫੁਕਰੀ ਨਹੀਂ ਹੈਗੀ ਇਹ, ਹੈ ਨਾ। ਅਤੇ ਮੇਰਾ ਹਰ ਸ਼ੇਅਰ ਪੰਜਾਬੀ 'ਚ ਉੱਦਾਂ ਹੀ ਹੋਊ, ਹਿੰਦੀ 'ਚ ਵੀ ਉੱਦਾਂ ਹੀ ਹੋਊਗਾ, ਹੈ ਨਾ। ਕਹਿੰਦਾ ਕੁਛ ਬਦਲਾ ਨਜ਼ਰ ਆਉਣ ਲੱਗਿਆ ਮੈਂ, ਕੁਛ ਬਦਲਿਆ ਨਜ਼ਰ ਆਉਣ ਲੱਗਿਆ ਮੈਂ, ਹਵਾ ਦੀਆਂ ਅੱਖਾਂ 'ਚੋਂ ਸੁਰਮਾ ਚੜਾਉਣ ਲੱਗਿਆ ਮੈਂ। ਜਿੱਦਣ ਤੋਂ ਸ਼ੌਂਕ ਨਹੀਂ ਰਿਹਾ ਮੈਨੂੰ ਜੀਣ ਦਾ, ਮੌਤ ਨੂੰ ਉਂਗਲਾਂ 'ਤੇ ਨਚਾਉਣ ਲੱਗਿਆ ਮੈਂ, ਇਸ ਵਾਰ ਤਾਂ ਪੱਕਾ ਖੈਰ ਨਹੀਂ ਹੈ ਮੇਰੀ, ਕਿਉਂਕਿ ਫਿਰ ਤੋਂ ਨਏ ਦੋਸਤ ਬਣਾਉਣ ਲੱਗਿਆ ਮੈਂ। ਕਹਿੰਦਾ ਕੁਛ ਬਦਲਾ ਸਰ ਨਜ਼ਰ ਆਨੇ ਲਗਾ ਹੂੰ ਮੈਂ, ਹਵਾ ਕੀ ਆਂਖੋਂ ਸੇ ਸੁਰਮਾ ਚੁਰਾਨੇ ਲਗਾ ਹੂੰ ਮੈਂ, ਜਬ ਸੇ ਸ਼ੌਕ ਨਹੀਂ ਰਹਾ ਮੁਝੇ ਜੀਨੇ ਕਾ, ਮੌਤ ਕੋ ਉਂਗਲੀਓਂ ਪਰ ਨਚਾਨੇ ਲਗਾ ਹੂੰ ਮੈਂ, ਇਸ ਵਾਰ ਤੋਂ ਪੱਕਾ ਖੈਰ ਨਹੀਂ ਹੈ ਮੇਰੀ, ਕਿਉਂਕਿ ਫਿਰ ਸੇ ਨਏ ਦੋਸਤ ਬਣਾਉਣੇ ਲਗਾ ਹੂੰ ਮੈਂ। ਇਹ ਨਜ਼ਾਰਾ ਦੇਖੋ ਜੀ ਤੁਸੀਂ ਬੀਚ ਦਾ, ਇੱਥੇ ਰੋਜ਼ ਲੋਕ ਇੱਦਾਂ ਐਕਸਰਸਾਈਜ਼ ਕਰਦੇ ਆ ਜੀ, ਬਹੁਤ ਲੋਕ ਭੱਜੇ ਫਿਰਦੇ, ਦੇਖੋ ਤੁਹਾਡੇ ਭਰਾਵਾਂ ਲਈ ਆ, ਵਧੀਆ ਭਰਾਵਾਂ ਲਈ, ਉਹ ਦੇਖੋ ਦੌੜੇ ਜਾਂਦੇ। ਮੈਂ ਰਨਿੰਗ ਕਰ ਚੁੱਕਾ ਜੀ, ਮੇਰੀ 1.25 ਘੰਟਾ, ਬਜ਼ੁਰਗ ਕਹਿਣ ਵਾਲੇ ਉਹ 1.25 ਘੰਟਾ ਰਨਿੰਗ ਆ ਮੇਰੀ ਸਵੇਰ ਦੀ। ਅਤੇ ਰਨਿੰਗ ਕਰਨ ਤੋਂ ਬਾਅਦ ਮੇਰਾ ਕੋਟ ਦੇਖ ਸਕਦੇ ਹੋ, ਮੈਂ ਤੁਹਾਨੂੰ ਦਿਖਾਉਣਾ, ਭਿੱਜਾ ਆ ਬਾਹਰ ਤੱਕ, ਆ ਦੇ ਆਹ ਦੇਖ ਲਓ, ਹੈ ਨਾ। ਇੰਨੀ ਗਰਮੀ, ਇੰਨੀ ਮਿਹਨਤ ਕਰੀ ਦੀ ਆ, ਕਿਉਂਕਿ ਲੜਨਾ ਉਹਨਾਂ ਨਾਲੋਂ ਬੜੇ ਤਕੜੇ ਨੇ ਜਿਹਨਾਂ ਲੜਨਾ। ਤੁਸੀਂ ਪਾ ਲਿਓ ਮੂੰਹ ਮਾਂ ਬੰਨ ਕੇ ਬੈਡ ਕਮੈਂਟ। ਇੱਕ ਕੋਈ ਇੱਕ ਪਾਕਿਸਤਾਨ ਤੋਂ ਆਇਆ ਮੁਸਲਿਮ ਭਰਾ ਆਇਆ, ਉਹ ਕਹਿੰਦਾ ਅੱਲਾ ਦੀ ਕਸਮ ਤੇਰੀਆਂ, ਕਹਿੰਦਾ ਜਵਲੀਆਂ ਸਮਝ ਨਹੀਂ ਆਉਂਦੀਆਂ। ਮੈਂ ਕਿਹਾ ਤੇਰੇ ਅੱਲਾ ਨੂੰ ਸਮਝ ਆਉਂਦੀਆਂ, ਤੈਨੂੰ ਨਹੀਂ ਆਉਣੀ, ਉਹ ਤੇਰਾ ਉਹ ਲੈਵਲ ਨਹੀਂ ਅੱਲੇ, ਹੈ ਨਾ। ਮਨਕੀਰਤ ਔਲਖ ਬਾਰੇ ਵੀ ਕੁਝ, ਹਾਂ ਮਨਕੀਰਤ ਨੂੰ ਮੈਂ ਪਰਸਨਲੀ 2-4 ਵਾਰ ਮਿਲਿਆ, ਨਿਸ਼ਾਨ ਭੁੱਲਰ ਦੇ ਨਾਲ ਹੁੰਦਾ ਸੀ ਉਹ। ਮੈਂ ਦੇਖੋ ਐਵੇਂ ਤੁਹਾਨੂੰ ਕਹਿੰਦਾ, ਉਦੋਂ ਤਾਂ ਵਿਚਾਰਾ ਮੈਨੂੰ ਕਹਿੰਦਾ ਹੁੰਦਾ ਸੀ ਮੈਂ ਗਾਉਣਾ ਹੈ ਜੀ, ਮੈਂ ਕਿਹਾ ਅੱਛਾ, ਅਤੇ ਮੇਰੀ ਕੋਈ ਫੁਕਰੀ ਨਹੀਂ ਹੈਗੀ, ਪਰ ਮੈਂ ਇਹਨਾਂ ਨਾਲ ਰਿਹਾ ਇੱਦਾਂ ਹੀ, ਹੈ ਨਾ, ਸਾਰਿਆਂ ਨਾਲ। ਮਨਕੀਰਤ ਬਾਰੇ ਵੀ ਦੱਸੂੰਗਾ ਮੈਂ, ਕੋਈ ਨਹੀਂ ਮੈਂ ਕਰਦਾ। ਮਨਕੀਰਤ ਜ਼ਿਆਦਾ ਦੇਖੋ ਨਾਂ ਵੀ ਨਹੀਂ ਲੈਂਦਾ ਨਿਸ਼ਾਨ ਦਾ ਕਰੀ, ਹੈ ਨਾ, ਨਿਸ਼ਾਨ ਦੇ ਨਾਲ ਰਿਹਾ। ਇੱਕ ਵਾਰੀ ਮੈਂ ਇੱਕ ਪਕੜਨਾ, ਇੱਕ ਮਿੰਟ ਬਾਈ, ਇਸ ਨਾ ਮਿਕਸ ਮਿਕਸ ਕਰ ਦਿਉ, ਨਹੀਂ ਨਹੀਂ ਮਿਕਸ ਕਰ ਦਿਉ, ਇਸ ਮਿੰਟ ਨਿੰਬੂ ਇੱਕ ਹੀ ਜਗ੍ਹਾ ਪੜਾ। ਅਤੇ ਇਹ ਬੰਦਾ ਜੀ ਆਪਣਾ, ਇਹ ਤਾਂ ਰੋਜ਼ ਮੈਂ ਸੂਪ ਪੀਂਦਾ ਆ, ਹੈ ਨਾ। ਹਾਂ ਵਾਹ ਜੀ ਵਾਹ, ਹੈ ਨਾ। ਅਤੇ ਮੈਂ ਮਨਕੀਰਤ ਬਾਰੇ ਕਰੂੰਗਾ ਯਾਰ ਸਾਰਿਆਂ ਦੇ ਨਾ, ਥੈਂਕ ਯੂ ਸਰ ਰਿਪਲਾਈ ਲਈ, ਅਸੀਂ ਤੁਹਾਡੇ ਨਾਲ ਹੈ, ਥੈਂਕ ਯੂ ਯਾਰ, ਟਾਕ ਵਿਦ ਮੀ। ਅੱਛਾ ਉਹ ਯਾਰ ਮੈਨੂੰ ਕਹਿ ਰਹੇ ਸੁੰਦਰ ਬਾਈ, ਰਾਮ ਰਾਮ ਜੀ, ਸੀਤਾ ਰਾਮ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਉਹ ਇੱਕ ਸਾਰਿਆਂ ਦੇ ਧਰਮ ਲਈ ਆਪਣਾ ਆਪਣਾ ਸਤਿਕਾਰ ਯਾਰ।
ਸੁੰਦਰ ਭਾਈ ਸਾਹਿਬ, ਮੈਂ 15 ਤਰੀਕ ਦੱਸੀ ਆ, ਸੁੰਦਰ ਭਾਈ ਸਾਹਿਬ ਜਿਨ੍ਹਾਂ ਨੇ ਮਿਊਜ਼ਿਕ ਚੈਨਲ ਚਲਾਉਣਾ ਆ ਹੈੱਡ ਐਂਡ ਟੇਲ ਮਿਊਜ਼ਿਕ, ਉਹ ਲਾਈਵ ਨੇ ਅਤੇ ਸੁੰਦਰ ਭਾਈ ਸਾਹਿਬ 15 ਤਰੀਕ ਮੈਂ ਦਿੱਤੀ, 15 ਸ਼ਾਮ ਨੂੰ ਆਪਾਂ ਲਾਈਵ ਹੋਵਾਂਗੇ ਫਿਰ ਮਿਊਜ਼ਿਕ ਦੀ, ਜਾਂ ਬਾਕੀ ਜੇ ਕੋਈ ਗੱਲ ਗੁੱਲ ਪੁੱਛਣੀ, ਕੋਈ ਕਿੱਸਾ ਕਿਸੇ ਐਕਟਰ ਦਾ ਪੁੱਛਣਾ ਸੁੰਦਰ ਭਾਈ ਸਾਹਿਬ ਨੂੰ ਪਤਾ ਆ, ਉਹ 15 ਨੂੰ ਸਾਰੀਆਂ ਗੱਲਾਂ ਸ਼ੇਅਰ ਕਰਾਂਗੇ 15 ਸ਼ਾਮ ਨੂੰ 7 ਵਜੇ, ਫਿਰ ਐਕਟਰਾਂ ਦੀਆਂ ਕਿੱਸੇ ਵੀ ਤੁਹਾਨੂੰ ਦੱਸਾਂਗੇ। ਆਹ ਸੁੰਦਰ ਭਾਈ ਸਾਹਿਬ ਨੂੰ 20 ਸਾਲ ਤੋਂ ਪਤਾ ਸਾਰੀਆਂ, 22 ਸਾਲ ਤੋਂ। ਥੈਂਕ ਯੂ ਯਾਰ ਤੁਹਾਡਾ, ਹਾਂ ਯਾਰ ਤੁਸੀਂ ਸਾਰੇ ਨਾਲ ਹੋ, ਵੈਰੀ ਗੁੱਡ ਯਾਰ, ਹੈ ਨਾ। ਮੈਂ ਤੁਹਾਡੀਆਂ ਸਾਰਿਆਂ ਦੀਆਂ ਫੋਟੋਆਂ ਜਿਹੜੇ ਚੰਗੇ ਲੋਕ ਲਾਉਣਾ ਚਾਹੁੰਦਾ, ਹੁਣ ਘੱਟ ਗਏ 99 ਰਹਿ ਗਏ, ਹੈ ਨਾ, ਕਈਆਂ ਨੂੰ ਸ਼ੇਅਰ ਸਮਝ ਨਹੀਂ ਆਏ ਹੁਣ। ਚਲੋ ਕੋਈ ਨਹੀਂ, ਆਪਣਾ ਖਿਆਲ ਰੱਖੋ, ਫਿਰ ਮਿਲਦੇ ਹਾਂ, ਮੈਨੂੰ ਹੁਣੇ ਪਤਾ ਨਹੀਂ ਕਿੱਥੋਂ ਸੇਵ ਹੋਣ। ਅਰੇ ਯਾਰ ਚਲੋ, ਥੈਂਕ ਯੂ ਬ੍ਰਦਰ, ਮਿਹਰਬਾਨੀ ਸਾਰਿਆਂ ਦੀ, ਲਵ ਯੂ ਸਾਰਿਆਂ ਨੂੰ, ਹੈ ਨਾ। ਥੈਂਕਸ ਥੈਂਕਸ ਥੈਂਕਸ।